अस्सलाम वालेकुम नाज़रीन, तुसां तकने हो गुलपुर न्यूज़ ते मैं हां तुसां मेज़बान नदीम चौधरी। ते अज असां इधर खटकोली आले पासे अशने सो पे ते इत्थे तकिया राज घोड़ा खलता सी ते बंदे दो त्रै नाल इकट्ठे होए से ते असां भी खली है तकां। चलो रमज़ान दा महीना है इसलै, वैसे भी लोग कोरोना वायरस नी वजह थी जेहड़ा आना खबरां सुनी सुनी तंग होए वे ते असां है चलो ये तकी कि के क्या करने पे कियां बंदे खलते हुए। ते ये गल बोल जी कियां खलते हुए इत्थे तुसां त्रै चार बंदे इकट्ठे होए हो, क्या वजह दा? असां इत्थे खलते हुए इत्थे दानियाल भैया सने साथी कनेडे रहने वाले दानियाल भाई है जिहड़े शक्ल दे नाटक इले दानियाल भाई। तो यह गल आने से कि मैं गुड़ सवारी सीखा। कोरोना वायरस का एहतियाती तदबीर भी जरूरी है ना। अच्छा तो एक ए वैसे शाह सवार है, गुड़ सवारी पसंद भी करने और नेजा हिजा बटने की पूरी कोशिश करने। तो तुसने सामने उन्हें मुजाहरा पेश कर सुन नेजा बटने ना। तो चलो दानियाल भाई अगर दानियाल भाई अगर तुम घोड़े पर बैठे रहे हो ਨੇ ਇੱਥੇ ਪ੍ਰੈਕਟਿਸ ਕਰਨੇ ਰਿਹਾ ਵੈਸੇ ਨੇ ਪ੍ਰੈਕਟਿਸ ਕਰਨੇ ਰਿਹਾ ਬਹਿਣਾ ਨਾ ਰੇ ਵੈਸੇ ਉੱਪਰ ਪ੍ਰੈਕਟਿਸ ਕਰਨੇ ਕਿਸੇ ਥੱਲਾ ਕਲੀ ਤਾਂ ਨੇਜ਼ੇ ਨਹੀਂ ਪ੍ਰੈਕਟਿਸ ਨਹੀਂ ਕੀਤੀ ਵੈਸੇ ਘੋੜੇ ਨਹੀਂ ਪ੍ਰੈਕਟਿਸ ਕਰਨੇ ਰਿਹਾ। ਅੱਛਾ ਤਾਂ ਚਲੋ ਹੁਣ ਤੁਸੀਂ ਪ੍ਰੈਕਟਿਸ ਕਰੋ ਨਾ ਸਾਰੇ ਨਾਜ਼ਰੀਨ ਜਿਹੜੇ ਤਕੜੇ ਨਾ ਉਹ ਤੱਕ ਸਾ ਘੋੜੇ ਪਰ ਕਿਸੇ ਬਹਿਣੇ ਹੋ। ਚਲੋ ਯਾਰ ਡਰਾਮਾ ਲੱਗਸੀ ਤਾਂ ਯਾਰ ਗੁਹਾਰ ਲੱਗਸੀ ਤਾਂ ਕੋਈ ਨਾ ਕੋਈ ਹੋਸੀ ਵੈਸੇ ਆਵਾਮ ਇਹਨਾਂ ਦਾ ਰਹੇ ਘਰਾਂ ਨਾ ਅੰਦਰ। ਹਾਂ ਤਾਂ ਚਲੋ ਤਕੜੇ ਆ ਸਾਥ ਸਾਥ ਵੈਸੇ ਵੀ ਕਿਉਂਕਿ ਵਾਇਰਸ ਦੀ ਵਜ੍ਹਾ ਚੋਂ ਲੋਕ ਥੋੜ੍ਹ ਜਾ ਨਾ ਪਰੇਸ਼ਾਨ ਰਹੇ ਨੇ, ਅਸੀਂ ਚਾਹੁੰਦੇ ਕਿ ਲੋਕਾਂ ਨੇ ਚਿਹਰੇ ਪਰ ਨਾ ਮੁਸਕਰਾਹਟ ਬਖੇਰਾਂ। ਤਾਂ ਇਸ ਵਾਸਤੇ ਇਨਸ਼ਾਅੱਲਾ ਅਸਾਂ ਕੋਲ ਦਾਨਿਆਲ ਬਾਈ ਹਨ, ਬਿਹਤਰੀਨ ਮੁਸਕਰਾਹਟ ਬਖੇਰ ਸਨ। ਮਾਸ਼ਾਅੱਲਾ ਲੱਗਣੇ ਵੀ ਸੋਹਣੇ ਜੀ, ਮਾਸ਼ਾਅੱਲਾ। ਤਾਂ ਇਹ ਤੁਸੀਂ ਹੁਣ ਕੈਮਰਾਮੈਨ ਕੀ ਆਖ ਸਕਦੇ ਤੁਸੀਂ ਉਹਨਾਂ ਕੀ ਦੱਸਣੇ ਰਹੇ ਕਿ ਹੁਣ ਉਹ ਘੋੜੇ ਪਰ ਬਹਿਣ ਲੱਗੇ ਤਾਂ ਕਿਸਰਾ ਬੇ ਸੁਣਨੇ ਨੇ। ਤਾਂ ਦਾਨਿਆਲ ਬਾਈ ਹੁਣ ਬੇਸ ਹੋਏ ਕਿ ਅੱਗੇ ਜ਼ਿਆਦਾ ਦੇਰ ਸਾਡੇ ਤੱਕਣੇ ਵਾਲੇ ਜਿਹੜੇ ਨਾਜ਼ਰੀਨ ਨੇ ਇੰਤਜ਼ਾਰ ਨਹੀਂ ਕਰੀ ਸਕਣੇ। ਮਾਸ਼ਾਅੱਲਾ ਮਾਸ਼ਾਅੱਲਾ ਕਿਣੀ ਤਾਂ ਉਹ ਅੱਗੂ ਹੋਈ ਤਾਂ ਫਿਰ ਮੁੜੀ ਦਾਸ਼ਨੇ ਪਏ ਉਹ ਤਕੜੇ ਉਸ ਹੱਥ ਮਾਰਨੇ ਪਏ ਇਹ ਘੋੜੇ ਪਰ ਹੈ ਪਹਿਲੀ ਦਫ਼ਾ ਹੀ ਆਉਣੇ ਬੈਠੇ ਹਾਂ ਲੇਕਿਨ ਮਾਸ਼ਾਅੱਲਾ ਅਸ਼ਨੇ ਪਏ ਘੋੜਾ ਕਿਣੀ ਤਾਂ ਮੁੜੀ ਦਾ ਹੈ। ਯਾਲਾ ਹੈਰ ਯਾਲਾ ਹੈਰ ਆ ਕਿਣੀ ਛੋਸਣਾ ਜੀ ਅੱਗੇ ਥੋੜ੍ਹਾ ਜਿਹਾ ਬਹੁਤ ਦੂਰ ਬ੍ਰੇਕ ਮਾਰਨੇ ਹੋ ਤੁਸੀਂ ਤਾਂ ਅੱਗੇ ਤਾਂ ਗੱਡੀ ਨਾਲ ਮਾਰਨ ਲਏ ਸੋ। ਮਾਸ਼ਾਅੱਲਾ ਇਹ ਤਾਂ ਇਹ ਲਈ ਗਏ ਜੀ ਦਾਨਿਆਲ ਭਾਈ। ਅੱਛਾ ਨਾ ਇੱਧਰ ਫਿਰ ਹੁਣ ਤੁਸੀਂ ਬਹੁਤ ਨਾ ਇੱਧਰ ਗੱਲ ਅਸਾਂ ਕੀ ਤੇ ਘੋੜੇ ਪਰ ਬੈਠੇ ਹੋ ਤਾਂ ਕਿਆ ਮਹਿਸੂਸ ਕੀਤਾ ਨੇ ਪਹਿਲੀ ਦਫ਼ਾ ਹੀ ਬੈਠੇ ਹੋ? ਵੈਸੇ ਅੱਗੇ ਬਿਨਾਂ ਰਿਹਾ ਦੇਖ ਰਿਹਾ ਕਿ ਮੈਂ ਅੱਗੇ ਵੀ ਸਾਥੀਆਂ ਨਾਲ ਇੱਕ ਦਿਨ ਸਾਥੀਆਂ ਨਾਲ ਇੱਕ ਦਿਨ ਸ਼ੇਅਰ ਕਰਨਾ ਸਾ ਮੈਂ ਬੁੱਕ ਪੜੀ ਮਸੂਦ ਅਜ਼ਰਨੀ ਫਜ਼ਾਇਲ ਇਜਾਦ ਉੱਥਾਂ ਦਾ ਲਿਖਿਆ ਸਾ ਕਿ ਘੋੜੇ ਫਿਰ ਬਿਨਾਂ ਨਾਲ ਦਿਲ ਮਜ਼ਬੂਤ ਹੋਣਾ ਥੋੜ੍ਹੇ ਅੱਗੇ ਹੋਣਾ ਇੱਧਰ ਬਹੁਤ ਮਾਇਕ ਦੂਰ ਉਦੋਂ ਵਾਇਰਸ ਦਾ ਵੀ ਖਤਰਾ ਨਾ ਇਸ ਵਜ੍ਹਾ ਤੇ ਥੋੜ੍ਹਾ ਮੈਂ ਵੈਸੇ ਅੱਛਾ ਅੱਛਾ ਚਲੋ ਕੈਮਰਾ ਮੈਨ ਆਈਆਂ ਥੋੜ੍ਹਾ ਬਰਾਬਰ ਜਾ ਠੀਕ ਹੈ ਵੀਡੀਓ ਆਈ ਜਾਣਾ ਤਾਂ ਵੈਸੇ ਮੈਂ ਮਸੂਦ ਅਜ਼ਰ ਨਹੀਂ ਬੁੱਕ ਪੜੀ ਕੇ ਥੋੜ੍ਹਾ ਜਿਹਾ ਫਿਰ ਬਹੁਤ ਨਹੀਂ ਸਮਝ ਲਈ ਮਸੂਦ ਅਜ਼ਰ ਨਹੀਂ ਮੈਂ ਬੁੱਕ ਪੜੀ ਕੇ ਉਸਨੇ ਅੰਦਰ ਫਜ਼ਾਇਲ ਇਜਾਦ ਨੇ ਅੰਦਰ ਲਿਖਿਆ ਸੀ ਕਿ ਘੋੜੇ ਫਿਰ ਬਿਨਾਂ ਨਾਲ ਦਿਲ ਮਜ਼ਬੂਤ ਹੋਣਾ। ਅੱਛਾ ਸੋ ਦਿਲ ਮਜ਼ਬੂਤ ਕਰਨੇ ਸੋ ਰੋਜ਼ਿਆਂ ਵਿੱਚ ਖਾਸ ਕਰਕੇ ਹਾਂ ਤੇ ਇਸ ਰਾਤ ਵੈਸੇ ਹੀ ਬੰਦਾ ਰੋਜ਼ਾ ਰੱਖੀ ਤੇ ਆਣੇ ਕਮਜ਼ੋਰ ਹੋਇਆ ਹੋਣਾ ਤੁਸੀਂ ਕੀ ਇਹ ਰੋਜ਼ਿਆਂ ਚ ਹੀ ਆਇਆ ਖਿਆਲ ਕਿ ਮੈਂ ਰੋਜ਼ਿਆਂ ਚ ਹੀ ਦਿਲ ਮਜ਼ਬੂਤ ਕਰਾਂ? ਬਸ ਤੱਕੋ ਨਾ ਕੋਈ ਕੋਈ ਐਸੇ ਸ਼ੌਕ ਨੇ ਜਿਹੜੇ ਰਮਜ਼ਾਨ ਹੀ ਸਾਹਬਾ ਇਕਰਾਮ ਜੰਗਾਂ ਲੰਨੇ ਰਹੇ ਕੁਛ ਸਾਡੇ ਛੱਡ ਸਮਝਾਓ ਨਾ ਕਿਉਂਕਿ ਘੋੜੇ ਨਹੀਂ ਪੇਸ਼ਾਨੀ ਚਾਹਿਆ ਕਿਆਮਤ ਤੱਕ ਲਈ ਹੈਰ ਰੱਖੀ ਗਈ। ਅੱਛਾ ਤਾਂ ਉਸ ਹਵਾਲੇ ਨਾਲ ਵੈਸੇ ਮੈਂ ਪੜ੍ਹਿਆ ਇਸਨੇ ਉੱਪਰ ਕਾਫੀ ਸਰਚ ਕੀਤੀ ਤਾਂ ਬਿਨੇ ਨਾਲ ਮਜ਼ਬੂਤ ਹੋਣਾ ਦਿਲ ਤਾਂ ਵੈਸੇ ਮੈਂ ਕਿਉਂਕਿ ਪੜ੍ਹਨਾ ਇੱਕ ਹੋਰ ਚੀਜ਼ ਹੋਣੀ ਮਫਰੂਜ਼ਾ ਇੱਕ ਹੋਰ ਚੀਜ਼ ਹੋਣਾ ਪ੍ਰੈਕਟੀਕਲ ਬਈ ਤਾਂ ਵਾਕਿਆ ਮਹਿਸੂਸ ਹੋਇਆ ਕਿ ਦਿਲ ਮਜ਼ਬੂਤ ਹੋਣਾ ਅਗਰ ਕੁਛ ਐਸਾ ਸ਼ੱਕ ਆਇਆ ਦਿਲ ਤੁਸੀਂ ਮਜ਼ਬੂਤ ਹੋਈਆਂ ਆਪਣਾ ਸਮਝਿਆ ਸੀ ਕਿਤਨਾ ਮਜ਼ਬੂਤ ਹੋਈ ਇਹ ਵੀ ਹੋਇਆ ਇੱਕ ਦਿਨ ਅੱਗੇ ਮਾੜੀ ਪ੍ਰੈਕਟਿਸ ਹੋਈ ਸੀ ਉਸ ਦਿਨ ਕੋਈ ਤਾਂ ਅਗਰ ਵੈਸੇ ਤਾਂ ਹੋਰ ਗੱਲ ਪਾਉਣੇ ਜੇ ਆਉਣੇ ਜਿੱਦਾਂ ਤੁਹਾਨੂੰ ਕੋਈ ਸ਼ਾਦੀ ਸੀ ਤਾਂ ਸ਼ਾਦੀ ਸੀ ਅਗਲੇ ਦਿਹਾੜੇ ਤੁਸੀਂ ਘੋੜੇ 'ਤੇ ਬੈਠੇ ਹੋ ਇਸ ਬਹਾਲੇ ਨਾ ਬਹੁਤ ਹਾਲਾ ਬਸ ਉਹ ਥੋੜ੍ਹਾ ਬਹੁਤਾ ਹੋਇਆ ਸਾ ਐਕਸੀਡੈਂਟ ਹੋਈ ਗਿਆ ਸਾ ਘੋੜੇ ਨਾਲ ਤਾਂ ਅਗਰ ਤੁਸੀਂ ਵਾਕਿਆ ਦਿਲ ਮਜ਼ਬੂਤ ਕਰਨਾ ਚਾਹੁੰਦੇ ਹੋ ਜਾਂ ਮਾੜੀਆਂ ਗੱਲਾਂ ਨਾਲ ਤੁਸੀਂ ਸਮਝਣੀ ਅਛਲੀ ਵੇ ਤਾਂ ਚੱਕਰ ਲਾਈ ਗਈ ਨੋ ਤਾਂ ਇਹ ਇਤਨਾ ਜ਼ਬਰਦਸਤ ਤੁਸੀਂ ਕੀ ਆਈਡੀਆ ਹੋ ਸੀ ਨਾ ਮੈਂ ਪੂਰੀ ਤਿਆਰ ਤੁਸੀਂ ਬਣਾ ਰਹਾ ਫਜ਼ਾਇਲ ਬਣਾ ਰਹਾ ਇਹ ਨਹੀਂ ਸਮਝ ਅਛਲ ਲੱਗੀ ਤੁਸੀਂ ਕੀ ਤੱਕੀ ਤਾਂ ਜੜਾ ਨਾ ਉੱਥਾ ਹੀ ਦਿਲ ਮਜ਼ਬੂਤ ਕਰ ਸਕਾਂਗੇ ਨਹੀਂ ਕਰਨਾ ਰੁਕਣੀ ਪਈ ਲੱਗਣਾ ਮੈਂ ਕਿ ਤੁਸੀਂ ਵਾਕਈ ਦਿਲ ਮਜ਼ਬੂਤ ਹੋ ਰਿਹਾ ਸੁਣਾ ਤਾਂ ਅਗਰ ਨਹੀਂ ਜਾਣਾ ਨਾ ਅਗਰ ਜੈਸੇ ਕੁਝ ਮੈਂ ਨਹੀਂ ਮਾੜੀਆਂ ਗੱਲਾਂ ਸਮਝ ਅਛਲ ਨਹੀਂ ਜ਼ਾਹਿਰ ਕਿਉਂਕਿ ਨਹੀਂ ਸਮਝ ਅਛਲ ਲੱਗੀ ਜੀ ਤੁਸੀਂ ਗੱਲਾਂ ਨਾ ਸਮਝ ਆਈ ਸੀ ਹੋਰ ਕੁਝ ਨਹੀਂ ਆਈ ਸੀ ਜੀ ਇਤਨੀ ਮੁਸਕਰਾਹਟ ਨਾਲ ਤੁਸੀਂ ਗੱਲਾਂ ਬਾਣੇ ਹੋ ਉਹ ਭਾਈ ਉਹ ਤੱਕ ਮੋਟਰਸਾਈਕਲ ਹਰ ਜਾਣੇ ਸੇ ਕੈਮਰਾ ਮੈਨ ਕੀ ਆਸਮ ਉਹਨਾਂ ਕੀ ਦੱਸੋ ਮੋਟਰਸਾਈਕਲ ਹਰ ਜਾਣੇ ਸੇ ਤਾਂ ਦਾਨਿਆਲ ਭਾਈ ਕੀ ਘੋੜੇ ਕੋਲ ਖਲਤੇ ਹਾਂ ਤੱਕੀ ਤਾਂ ਉਹਨਾਂ ਵੀ ਮੋਟਰਸਾਈਕਲ ਖੜਾਈ ਕਹਿੰਦਾ ਤੇ ਤੁਸੀਂ ਕੀ ਪਹਿਲੇ ਵਾਲੀ ਸਵਾਰੀ ਕਰਦੇ ਹੋ? ਅੱਛਾ ਪਹਿਲੇ ਵਾਲੀ ਸਵਾਰੀ ਤੁਸੀਂ ਕੀ ਪਤਾ ਆ ਆਲਾ ਆਲਾ ਇਹ ਤੱਕਣ ਜੀ ਦਾਨਿਆਲ ਭਾਈ ਤੁਸੀਂ ਕੀ ਹੁਣ ਪਹਿਲੇ ਥੀ ਵੀ ਲੋਕ ਆਣੇ ਕਿ ਤੁਸੀਂ ਸਵਾਰੀ ਘੋੜੇ ਪਰ ਕਰਨੇ ਰਹੇ ਹੋ? ਅੱਛਾ ਇਹਨਾਂ ਨੇ ਜਿਹੜੇ ਨਾ ਇਹ ਜਗ੍ਹਾ ਇਹ ਬੈਕ ਜਗ੍ਹਾ ਬੜੀ ਮਜ਼ਬੂਤ ਸੀ ਸ਼ਾਦੀ ਪਹਿਲੇ ਜਿਹੜੇ ਉਹ ਕੋੜਾ ਚਲਾਇਆ ਨਹੀਂ ਨਾ ਕੋੜੇ ਬੈਠੇ ਤੇ ਕਾਫੀ ਤੇਜ਼ ਲਿਆ ਇਹਨਾਂ ਸਮਝਿਆ ਕਿ ਕੋੜਾ ਉੱਡਣਾ ਸ਼ੁਰੂ ਕਰਦੀ ਸੀ ਤਾਂ ਕੋੜੇ ਥੋੜ੍ਹਾ ਜਿਹਾ ਹਲਕਾ ਜੰਮ ਦਿੱਤਾ ਵਜ਼ਨ ਵੀ ਇਹਨਾਂ ਨੇ ਮਾਸ਼ਾਅੱਲਾ ਕਾਫੀ ਸਾ ਤਾਂ ਇਹ ਥੋੜ੍ਹੇ ਹਵਾ 'ਚ ਜ਼ਿਆਦਾ ਗਏ ਕਿਉਂਕਿ ਮੈਂ ਇੰਨੇ ਸ਼ਾਇਦ ਹਾਂ
میں آواز آئی کسی چیز نہیں اور میں باہر آیا تکیا تے میں کوئی چیز نظر نہیں آئی, اچانک کوڑا نہ بندہ, تھوڑی دیر بعد بندہ لوڑیا تو پلیارا بھی میں نظر آئی ہے. روڈ اس پر میں کھڑے ہاں, اس نال اوپر اس میں آواز آئی, میں دوڑی باہر گیا اور اچانک میں تکیا تو نہ باہر کوڑا نہ بندہ کچھ نہیں, باہر تک کوڑے نہیں, کاٹھی ایک سائڈ پہ بھی, اچھا رسی ایک سائڈ پہ بھی, بندہ لوڑیا کافی دیر لوڑنا رہا, کوڑا کھڑیا ہی نہ, کوڑا نظر نہیں آیا, تک تو کوڑا دور کھلتا ہوا, ان کی لوڑیا تو پلیار شلیار پہ پٹیا تو تک تھلیا یہ نکتے زخمی ہوئے, لوگوں پوچھا کہ کیا مسئلہ ہے انہوں, تو میں انہیں دسیا جی کہ بچی ہے, دوسرے دن ان شادی سی, پھر کیونکہ اس کی پہلے پردے ہی رکھا گیا, میڈیا نے سامنے ایسا نہیں آتا کیونکہ شادی سی, یہ نہ رشتے نے مسائل بھی سو مسائل ہو سکنے, چلو رشتہ تو آیا سی تکنے لوگ ہونے تو آنے کہ بھائی کھوٹے کیوں ٹر رہے, دوسرے دن لوگ شک کر رہے, انہیں بڑی پریشانی سی کہ لوگ ملنا شروع کر دیتا, گلے ملی تو باں انہوں نے دبان تو انہوں نے چیخا نکلی جانی سی, انہوں نے نہیں لوگ یہ بانے سے نا کہ میں کمزور ہوں پہلے نا تو مجھے درد ہو جانا ہڈیاں ہڈیاں مسئلے, کہ دل مضبوط کرنے کرنے ہڈیاں اپنی پڑنی جی بس ہوئی ایسا کچھ اس طرح. تکنے والے ناظرین کی کیا اکس والا, تکنے والے ناظرین نے اکس ضرور بو ایک دفعہ اس گھوڑے پر بو, تو گھوڑے پر بیٹھ یا کوئی اور کس پر بیٹھ جان پریکٹس کری کن تو انہاں کی سمجھ آئی جیسی. دور وقفہ تھوڑا رکھو تے ہن تساں کیا باس ہولا جی کس نے بارے چلا جی کھلی یہ گھوڑا تکی تے دنیال پائی سوار کرنے سے, گھوڑا ایک ایسی چیز ہے کہ یہ اس کی تکی, اچھا گھوڑا ایک ایسی چیز ہے کہ اس کی تکنے بندہ رہ نہیں سکنا, یہ ضرور لینا پینا بندے کی, گھوڑا تو کوئی جانور ہے خوبصورت ہے, کھیڑنا آیا دوڑنا آیا کیا کم کرنا, یہ سارے کم میں تو گھوڑا تکی تھا, میں گھوڑا تکی تھا, گھوڑا تکی تھا, انہیں کہتے تکیا ہی نہیں نا, نہیں میں انہیں کی بڑا ذاتی طور پر جاننا, صرف یہ آج پچھانے نہیں مضبوط ہوئی پسند آئی ہوا ہے, گلپور نیوز چینل آ اس کی لائک بھی کرسو فالو بھی, یوٹیوب چینل آ اسی لازمی سبسکرائب کرسو, جی کوئی نہ بھی گل چنگی لگا تو چلو انسان غلطی تو ہوئی جانی نا, ساری گلان انسان صحیح بھی تو نہیں نہ آخنا, تو چلو اپنی طرف کوشش کرنے کہ جڑا کوئی شغل میلہ ہوا تو نال دسنے رہا کرنا, چلو بندہ تھوڑا خوش ہوئی جانا.